ਓਸ਼ੋ ਦੇ ਲੈਕਚਰ ਫਰੀਦ ਬਾਣੀ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੂੜੇ ਵਸੀ ਰੱਬ ਖਿਆਲੀ ਹੈ ਜੰਗਲ ਕਿਆ ਢੂੰਡੇ ਫਰੀਦ ਕਹਿੰਦੇ ਹਨ ਡਾਲੀਆਂ ਤੇ ਕੰਡਿਆਂ ਨੂੰ ਭੰਦਾ ਹੋਇਆ ਤੂੰ ਇੱਕ ਜੰਗਲ ਤੋਂ ਦੂਜੇ ਜੰਗਲ 'ਚ ਭਟਕਦਾ ਫਿਰਦਾ ਹੈ ਰੱਬ ਤਾਂ ਤੇਰੇ ਦਿਲ 'ਚ ਵਸ ਰਿਹਾ ਹੈ ਪਰਮਾਤਮਾ ਤਾਂ ਤੇਰੇ ਅੰਦਰ ਹੈ ਫਿਰ ਜੰਗਲ 'ਚ ਉਹਨੂੰ ਕਿਉ ਲੱਭ ਰਿਹਾ ਹੈ ਵਸੀਰਾ ਬਹਿ ਹਾਲੀ ਜੰਗਲ ਕੇ ਟੋਡੇ ਜਿਹਨੂੰ ਤੂੰ ਲੱਭ ਰਿਓ ਤੇਰੇ ਅੰਦਰ ਹੈ ਸ਼ਖਾਵਾਂ ਨੂੰ ਵੱਢਦਾ ਹੈ ਟੰਡਿਆਂ 'ਚ ਭਟਕਦਾ ਹੈ ਟਿੱਬੇ ਟੋਏਾਂ 'ਚ ਭਟਕਦਾ ਹੈ ਦੁੱਖ ਉਠਾਉਂਦਾ ਹੈ ਗਲਤ ਥਾਂ ਲੱਭ ਰਿਹਾ ਹੈ ਲੋਭ ਪਟਕਾਉਂਦਾ ਹੈ ਪ੍ਰੇਮ ਪਹੁੰਚਾਉਂਦਾ ਹੈ ਲੋਭ ਪਟਕਾਉਂਦਾ ਹੈ ਕਿਉਂਕਿ ਲੋਭ ਦੂਜੇ ਉੱਤੇ ਨਜ਼ਰ ਹੈ ਲੋਭ ਦੂਰ ਦਾ ਸੁਫਲਾ ਹੈ ਮ੍ਰਿਗ ਤ੍ਰਿਸ਼ਨਾ ਹੈ ਦੂਰ ਵੇਖਾਈ ਦਿੰਦੀ ਹੈ ਮੰਜ਼ਿਲ ਲੋਭ ਪਟਕਾਉਂਦਾ ਹੈ ਪ੍ਰੇਮ ਪਹੁੰਚਾਉਂਦਾ ਹੈ ਕਿਉਂਕਿ ਪ੍ਰੇਮ ਅੱਖ ਬੰਦ ਹੋ ਜਾਂਦਾ ਹੈ। ਪ੍ਰੇਮਚਾ ਆਦਮੀ ਆਪਣੇ ਅੰਦਰ ਡੁੱਬ ਜਾਂਦਾ ਹੈ। ਜਦ ਦੋ ਪ੍ਰੇਮੀ ਗਹਿਰਾਈ 'ਚ ਮਿਲਦੇ ਆ ਤਾਂ ਇੱਕ ਦੂਜੇ ਵਿੱਚ ਥੋੜਾ ਹੀ ਡੁੱਬਦੇ ਹੋ ਤਾਂ ਆਪਣੇ ਆਪਣੇ 'ਚ ਡੁੱਬ ਜਾਂਦੇ ਆ। ਉਹਨੂੰ ਇਹ ਇੱਕ ਦੂਜੇ 'ਚ ਡੁੱਬਣਾ ਕਹਿੰਦੇ ਆ। ਦੋ ਪ੍ਰੇਮੀ ਜਦ ਕੋਲ-ਕੋਲ ਹੁੰਦੇ ਆ ਤੇ ਇੱਕ ਦੂਜੇ ਦੇ ਕਾਰਨ ਇਹਨੇ ਸੁਰੱਖਿਅਤ ਹੋ ਜਾਂਦੇ ਆ। ਇੱਕ ਦੂਜੇ ਉੱਤੇ ਛਾਂ ਬਣ ਜਾਂਦੇ ਆ। ਇੱਕ ਦੂਜੇ ਨੂੰ ਟੱਕ ਲੈਂਦੇ ਆ। ਆਪਣੇ ਆਹੋ ਭਾਵ, ਆਨੰਦ ਭਾਵ 'ਚ ਇੱਕ ਦੂਜੇ ਦੀ ਮੰਗਲ ਕਾਮਨਾਵਾਂ ਚ ਭਰੇ ਹੋਏ ਉਹਨਾਂ ਲਈ ਮੌਤ ਵਿਸਰਜਿਤ ਹੋ ਜਾਂਦੀ ਹੈ ਉਹ ਸ਼ਾਂਤ ਮੌਨ ਚਣ ਵਿੱਚ ਆਪਣੇ ਆਪਣੇ ਚ ਡੁੱਬ ਜਾਂਦੇ ਪ੍ਰੇਮ ਅੰਦਰ ਜੋ ਲੁਕਿਆ ਉਹ ਦਰਨੁਭਵ ਦਿੰਦਾ ਹੈ ਲੋਭ ਬਾਹਰ ਦੁੜਾਉਂਦਾ ਹੈ ਲੋਭ ਦੌੜ ਹੈ ਪ੍ਰੇਮ ਵਿਸ਼ਰਾਮ ਹੈ ਡਾਲੀਆਂ ਤੇ ਕੰਡਿਆਂ ਨੂੰ ਪਾੰਦਾ ਹੋਇਆ ਫਰੀਦ ਤੂੰ ਇੱਕ ਜੰਗਲ ਤੋਂ ਦੂਜੇ ਜੰਗਲ ਚ ਕਿਉਂ ਪਟਕਦਾ ਹੈ ਰੱਬ ਤਾਂ ਤੇਰੇ ਹਿਰਦੇ ਚ ਵਸ ਰਿਹਾ ਫਿਰ ਜੰਗਲ ਚੋਂ ਨੂੰ ਕਿਉਂ ਲੱਭ ਰਿਹਾ ਹੈ ਕਿੰਨੇ ਦਿਨਾਂ ਤੋਂ ਢੂੰਡ ਰਹੇ ਹੋ ਤੁਸੀਂ ਇਹ ਕੋਈ ਕਥਾ ਨਵੀਂ ਕਿੰਨੇ ਜਨਮਾਂ ਤੋਂ ਪਟਕ ਰਹੇ ਹੋ ਕਿੰਨੇ ਕੰਡੇ ਚੁੱਭ ਗਏ ਹਨ ਜ਼ਖਮ ਹੀ ਜ਼ਖਮ ਹੋ ਗਏ ਤਨ ਪ੍ਰਾਤ ਸਭ ਚੀਥੜਿਆਂ ਵਰਗੇ ਹੋ ਗਏ ਹਨ ਲੇਕਿਨ ਤੁਸੀਂ ਪਾਗਲਾਂ ਦੀ ਵਾਂਗ ਪਟਕਦੇ ਹੋ ਇੱਕ ਜੰਗਲ 'ਚ ਨਹੀਂ ਪਾਉਂਦੇ ਤਾਂ ਦੂਜੇ ਜੰਗਲ 'ਚ ਪਟਕਦੇ ਹੋ ਦੂਜੇ ਜੰਗਲ 'ਚ ਨਹੀਂ ਪਾਉਂਦੇ ਤੀਜੇ ਜੰਗਲ 'ਚ ਪਟਕਦੇ ਹੋ ਇੱਕ ਲੋਭ 'ਚ ਨਹੀਂ ਮਿਲਦਾ ਦੂਜੇ ਲੋਭ ਦੂਜਾ ਲੋਭ ਹੀ ਕੌਦੇ ਤੇ ਨਹੀਂ ਮਿਲਦਾ ਦੂਜੇ ਅਉਦੇ ਦੀ ਇੱਛਾ ਇੱਥੇ ਨਹੀਂ ਮਿਲਦਾ ਤਾਂ ਉੱਥੇ ਭੱਜ ਰਹੇ ਹੋ ਇੱਕ ਥਾਂ ਜੇ ਜਿੱਥੇ ਤੁਸੀਂ ਕਦੇ ਨਹੀਂ ਲੱਭਿਆ ਤੁਸੀਂ ਬੈਠ ਗਏ ਹੁੰਦੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਠਹਿਰ ਹੋਏ ਹੁੰਦੇ ਜੀਵਨ ਦੀ ਚੇਤਨਾ ਨੂੰ ਸ਼ਾਂਤ ਵਿਸ਼ਰਾਮ ਚੁਟਾਰਿਆ ਹੁੰਦਾ ਤੇ ਆਪਣੇ ਅੰਦਰ ਚੱਕਿਆ ਹੁੰਦਾ ਲੱਭਣ ਵਾਲੇ 'ਚ ਲੁਕਿਆ ਹੈ ਉਹ ਜਦੀ ਖੋਜ ਚੱਲ ਰਹੀ ਹੈ ਇਸ ਲਈ ਬਾਹਰ ਤੁਸੀਂ ਉਹ ਨਹੀਂ ਪਾ ਸਕਦੇ ਫਰੀਦ ਕਹਿੰਦੇ ਐ ਇਹਨਾਂ ਪਤਲੀਆਂ ਜੰਗਾਂ ਤੇ ਪਿੰਡਲੀਆਂ ਨਾਲ ਮੈਂ ਕਿੰਨੇ ਮੈਦਾਨਾਂ ਤੇ ਪਹਾੜਾਂ ਨੂੰ ਪਾਰ ਕੀਤਾ ਲੇਕਿਨ ਅੱਜ ਫਰੀਦ ਲਈ ਆਪਣਾ ਕੁਜਾ ਚੁੱਕਣਾ ਵੀ ਸੈਂਕੜੇ ਮੀਲਾਂ ਦੀ ਮੰਜ਼ਿਲ ਤੈਅ ਕਰਨਾ ਹੋ ਗਿਆ ਫਰੀਦ ਕਹਿੰਦਾ ਆਪਣੇ ਵੱਲ ਵੇਖਦਾ ਤਾਂ ਭਰੋਸਾ ਨਹੀਂ ਆਉਂਦਾ ਕਿੰਨੇ ਜਨਮਾਂ ਤੋਂ ਯਾਤਰਾ ਚੱਲ ਰਹੀ ਹੈ ਇੰਨਾ ਕਮਜ਼ੋਰ ਹੈ ਇੰਨੀ ਲੰਮੀ ਯਾਤਰਾ ਚੱਲ ਰਹੀ ਹੈ ਫਿਰ ਵੀ ਥੱਕਿਆ ਨਹੀਂ ਮਾਲੂਮ ਹੁੰਦਾ ਫਿਰ ਵੀ ਜਾਗਿਆ ਨਹੀਂ ਤੁਸੀਂ ਜੇਕਰ ਆਪਣੇ ਵੱਲ ਵੇਖੋਗੇ ਤੁਹਾਨੂੰ ਹਿੰਦੂਆਂ ਦੀ ਇਸ ਧਾਰਨਾ ਤੇ ਵਿਸ਼ਵਾਸ ਹੀ ਨਹੀਂ ਆਏਗਾ ਕਿ ਅਨੰਤ ਜਨਮ ਹੋਏ ਹਨ ਤੁਸੀਂ ਕਹੋਗੇ ਕਦੋਂ ਦੇ ਥੱਕ ਗਏ ਹੁੰਦੇ ਕਦੋਂ ਦੇ ਡਿੱਗ ਪਏ ਹੁੰਦੇ ਕਦੋਂ ਦਾ ਹੋਸ਼ ਆ ਗਿਆ ਹੁੰਦਾ ਨਹੀਂ ਆਇਆ ਵਾਸਨਾ ਦੋਸ਼ਪੂਰ ਜੋ ਸਹਿਜੇਪੂਰਾ ਨਾ ਹੋ ਸਕੇ ਵਾਸਨਾ ਦੀ ਕਲਾ ਇਹੀ ਹੈ ਇਹਦਾ ਜਾਦੂ ਇਹੀ ਹੈ ਕਿ ਇੱਕ ਵਾਸਨਾ ਟੈਂਦੀ ਨਹੀਂ ਦੂਜੀ ਵਾਸਨਾ ਸ਼ੁਰੂ ਹੋ ਜਾਂਦੀ ਹੈ ਇੱਕ ਵਾਸਨਾ ਪੂਰੀ ਵੀ ਨਹੀਂ ਹੋ ਪਾਂਦੀ ਦੂਜੀ ਵਾਸਨਾ ਦੇ ਸੁਪਨੇ ਉੱਠਣੇ ਸ਼ੁਰੂ ਹੋ ਜਾਂਦੇ ਹਨ ਉਤਨ ਨੂੰ ਕਦੀ ਮੌਕਾ ਨਹੀਂ ਦਿੰਦੀ ਵਿਸ਼ਰਾਮ ਦਾ ਕਿ ਤੁਸੀਂ ਸੋਚ ਲਓ ਵੇਖ ਲਓ ਰੁਕ ਕੇ ਕਿ ਕੁਝ ਵੀ ਨਹੀਂ ਮਿਲਿਆ ਕਿ ਹੁਣ ਬੰਦ ਕਰ ਦੇਈਏ ਇਹ ਯਾਤਰਾ ਇੰਨਾ ਸਮਾਂ ਨਹੀਂ ਦਿੰਦੀ ਵਾਸਨਾ ਵਾਸਨਾ ਦੁੜਾਈ ਰੱਖਦੀ ਹੈ ਇੱਕ ਥਾਂ ਤੋਂ ਦੂਜੀ ਥਾਂ ਅੱਖਾਂ ਭਟਕਦੀਆਂ ਰਹਿੰਦੀਆਂ ਅੱਖਾਂ ਦੇ ਅੰਦਰ ਲੁਕਿਆ ਹੈ ਉਹ ਜਿਸ ਦੀ ਤਲਾਸ਼ ਚੱਲ ਰਹੀ ਹੈ ਮੰਜ਼ਿਲ ਤੁਸੀਂ ਹੋ ਤੇ ਤੁਸੀਂ ਨਾ ਸਮਝੀ ਨਾਲ ਖੋਜੀ ਬਣ ਗਏ ਹੋ ਅੰਦਰ ਜਾਣ ਦੀ ਗੱਲ ਹੀ ਭੁੱਲ ਗਈ ਐ ਬਾਹਰ ਜਾਣਾ ਯਾਦ ਇਹਨਾਂ ਪਤਲੀਆਂ ਜੰਗਾਂ ਪਿੜਲੀਆਂ ਨਾਲ ਮੈਂ ਕਿੰਨੇ ਮੈਦਾਨ ਤੇ ਪਹਾੜਾਂ ਨੂੰ ਪਾਰ ਕੀਤਾ ਅੱਜ ਫਰੀਦ ਲਈ ਆਪਣਾ ਕੁਝਾ ਚੁੱਕਣਾ ਵੀ ਜਿਵੇਂ ਕੋਹਾਂ ਦੀ ਮੰਜ਼ਿਲ ਤੈਅ ਕਰਨਾ ਹੋ ਗਿਆ ਹੋਵੇ ਲੇਕਿਨ ਹੁਣ ਆਸ ਨਸ਼ਟ ਹੋ ਗਈ ਐ ਇਹ ਸੰਸਾਰ 'ਚ ਕੁਝ ਵੀ ਸਾਰ ਨਹੀਂ ਐ ਪੂਰੀ ਦੌੜ ਬੇਅਰਥ मालूम ਹੁੰਦੀ ਐ ਚਿੱਤ ਉਦਾਸ ਐ ਇਹਨੂੰ ਵਿਰਾਗ ਕਿ ਐ ਸੰਸਾਰ ਤੋਂ ਹੋਵੇ ਵਿਰਾਗ ਤਾਹੀਂ ਪ੍ਰਮਾਤਮਾ ਨਾਲ ਰਾਗ ਪੈਦਾ ਹੁੰਦਾ ਐ ਬਾਰੂ ਹੋਵੇ ਵੇਰਾਗ ਤਾਂ ਅੰਦਰ ਲਈ ਧੁਨ ਸੁਣਾਈ ਦਿੰਦੀ ਹੈ ਬਾਜ਼ਾਰ ਵੱਲੋਂ ਮਨ ਉਠੇ ਤਾਂ ਘਰ ਆਉਣਾ ਹੁੰਦਾ ਹੈ ਦੂਜੇ ਨਾਲੋਂ ਵਾਸਨਾ ਟੁੱਟੇ ਤਾਂ ਆਤਮਾ ਨਾਲ ਨਾਤਾ ਜੁੜਦਾ ਹੈ ਅੱਖਾਂ ਬਾਹਰਲੇ ਨਜ਼ਾਰੇ ਵੇਖਣ ਤੋਂ ਥੱਕ ਜਾਣ ਤਾਂ ਬੰਦ ਹੁੰਦੀਆਂ ਅੰਦਰਲੇ ਦਰਸ਼ਨ ਸ਼ੁਰੂ ਹੁੰਦੇ ਆਜ ਆਪਣਾ ਕੁਝਾ ਚੁੱਕਣਾ ਵੀ ਮੁਸ਼ਕਿਲ ਹੋ ਗਿਆ ਸੈਂਕੜੇ ਕੋਹਾਂ ਦੀ ਮੰਜ਼ਿਲ ਤੈਅ ਕਰਨੀ ਮਾਲੂਮ ਹੁੰਦਾ ਹੁਣ ਟੁਰਨ ਦੀ ਕੋਈ ਇੱਛਾ ਨਹੀਂ ਰਹੀ ਇਸ ਅਵਸਥਾ 'ਚ ਬੁੱਧ ਬੋਧੀ ਵਿਰਚ ਦੇ ਹੇਠਾਂ ਬੈਠ ਗਏ ਚੱਲਣ ਦੀ ਕੋਈ ਇੱਛਾ ਨਹੀਂ ਰਹੀ ਚੱਲ ਚੱਲ ਕੇ ਵੇਖ ਲਿਆ ਵਿਅਰਥ ਪਾਇਆ ਸਭ ਦਿਸ਼ਾਵਾਂ ਲੱਭ ਲਈਆਂ ਕਿਤੇ ਵੀ ਕੋਈ ਸਾਰ ਨਹੀਂ ਮਿਲਿਆ 10 ਦਿਸ਼ਾਵਾਂ ਹਨ ਸਭ ਵਿੱਚ ਨੱਠ ਭੱਜ ਲਿਆ ਹੁਣ 11ਵੀਂ ਦਿਸ਼ਾ ਸ਼ੁਰੂ ਹੁੰਦੀ ਹੈ ਮਨੁੱਖ ਅੱਖਾਂ ਬੰਦ ਕਰ ਲੈਂਦਾ ਹੁਣ ਅੰਦਰ ਉਤਰਦਾ ਹੈ ਆਪਣੀ ਖੂਚ ਆਪਣੀ ਚੇਤਨਾ ਦੀ ਅਤਲ ਜਿਹਦਾ ਤਲ ਨਾ ਹੋਵੇ ਗਹਿਰਾਈ ਵਿੱਚ ਫਰੀਦ ਕਹਿੰਦੇ ਹਨ ਰਾਤਾਂ ਲੰਮੀਆਂ ਹੋ ਗਈਆਂ ਪਸਲੀਆਂ 'ਚ ਆਵਾਜ਼ ਉੱਠ ਰਹੀ ਹੈ ਦਰਦ ਨਾਲ ਕਰਵਟਾਂ ਬਦਲਣੀਆਂ ਪੈ ਰਹੀਆਂ ਹਨ ਤੇ ਘਰ ਹੈ ਉਹਨਾਂ ਦਾ ਜਿਉਣਾ ਜੋ ਪਰਾਈ ਆਸ ਤੇ ਜੀ ਰਹੇ ਹਨ ਫਰੀਦ ਕਹਿੰਦੇ ਮੈਂ ਥੱਕ ਗਿਆ ਟੁੱਟ ਗਿਆ ਰਾਤਾਂ ਲੰਮੀਆਂ ਹੋ ਗਈਆਂ ਹਨੇਰਾ ਹੁਣ ਕੱਟਿਆ ਨਹੀਂ ਕੱਟਦਾ ਕਦੇ ਤੁਸੀਂ ਖਿਆਲ ਕੀਤਾ ਸਮੇਂ ਦੀ ਸਪੇਕਸ਼ਤਾ ਦਾ ਜੇਕਰ ਤੁਸੀਂ ਖੁਸ਼ ਹੋ ਤਾਂ ਵਕਤ ਛੇਤੀ ਲੰਘ ਜਾਂਦਾ ਹੈ ਜੇਕਰ ਤੁਸੀਂ ਉਦਾਸ ਹੋ ਸਮਾਂ ਲੰਮਾ ਹੋ ਜਾਂਦਾ ਹੈ ਸਮਾਂ ਘੜੀ 'ਚ ਥੋੜੀ ਚੱਲਦਾ ਹੈ ਸਮਾਂ ਤੁਹਾਡੇ ਮਨ ਵਿੱਚ ਚੱਲਦਾ ਹੈ ਆਨਸਟਾਈਨ ਨੇ ਜਦ ਪਹਿਲੀ ਵਾਰ ਸਪੇਕਸ਼ਤਾ ਰਿਲੇਟਿਵਿਟੀ ਦੇ ਸਿਧਾਂਤ ਨੂੰ ਲੈ ਕੇ ਵਿਗਿਆਨ ਦੇ ਜਗਤ ਵਿੱਚ ਪਰਵੇਸ਼ ਕੀਤਾ ਤਾਂ ਉਸ ਕੋਲੋਂ ਥਾਂ-ਥਾਂ ਸਵਾਲ ਪੁੱਛੇ ਜਾਂਦੇ ਸਨ ਸਪੇਕਸ਼ਤਾ ਰਿਲੇਟਿਵਿਟੀ ਕੀ ਹੈ ਉਹਨੂੰ ਇੰਨਾ ਔਖਾ ਸਿਧਾਂਤ ਹੈ ਕਹਿੰਦੇ ਐ 12 ਆਦਮੀ ਧਰਤੀ ਤੇ ਸਨ ਜਿਹੜੇ ਉਸ ਸਿਧਾਂਤ ਨੂੰ ਸਮਝਦੇ ਸਨ ਇਸ ਲਈ ਆਮ ਆਦਮੀ ਨੂੰ ਸਮਝਾਉਣਾ ਨਾ ਸੰਭਵ ਨਿਸ਼ਚਿਤੀ ਜਟਿਲ ਹੈ ਤੇ ਜਟਲੀ ਨਹੀਂ ਹੈ ਕਰੀਬ-ਕਰੀਬ ਅਸੰਭਵ ਹੈ ਕਿਉਂਕਿ ਉਹਦੇ ਅੰਦਰ ਅਜਿਹੇ ਵਿਰੋਧਾਭਾਸ ਹਨ ਕਿ ਇਹਨਾਂ ਵਿਰੋਧਾਭਾਸਾਂ ਨੂੰ ਪਕੜਨ ਲਈ ਬੜੀ ਧਾਰਮਿਕ ਰਹਾਸਵਾਦੀ ਬੁੱਧੀ ਚਾਹੀਦੀ ਹੈ। ਵੱਡੀ ਕਾਵਿਯ ਦੀ ਉੱਚੀ ਉਡਾਰੀ ਚਾਹੀਦੀ ਹੈ ਜੇਕਰ ਤੁਹਾਡਾ ਤਰਕ ਮਜ਼ਬੂਤ ਹੈ ਤਾਂ ਤੁਸੀਂ ਨਹੀਂ ਸਮਝ ਪਾਉਗੇ। ਜਿਸ ਤਰ੍ਹਾਂ ਉਦਾਹਰਨ ਲਈ ਆਇਨਸਟਾਈਨ ਨੇ ਕਿਹਾ ਕਿ ਸਮਾਂ ਕੋਈ ਥਿਰ ਵਸਤੂ ਨਹੀਂ ਹੈ। ਸਮਾਂ ਸਾਰਿਆਂ ਲਈ ਇੱਕੋ ਜਿਹਾ ਨਹੀਂ ਹੈ। ਹਰ ਇੱਕ ਵਿਅਕਤੀ ਦਾ ਸਮਾਂ ਵੱਖਰਾ-ਵੱਖਰਾ ਹੈ ਕਿਉਂਕਿ ਸਮਾਂ ਤੁਹਾਡੇ ਮਨ ਦੀ ਅਵਸਥਾ ਤੇ ਨਿਰਭਰ ਹੈ। ਅਸੀਂ ਤਾਂ ਜਾਣਦੇ ਹਾਂ ਕਿ ਅੱਜ ਸਾਡੇ ਅਜੇ 9:30 ਵਜੇ ਹਨ ਤਾਂ ਸਭ ਲਈ 9:30 ਵਜ ਗਏ ਆਇਨਸਟਾਈਨ ਕਹਿੰਦਾ ਨਹੀਂ ਜਿੱਥੇ ਵੀ ਜੋ ਮੇਰੀ ਗੱਲ ਨੂੰ ਸਮਝ ਰਹੇ ਹੈ ਜਿਨ੍ਹਾਂ ਨੂੰ ਮੇਰੀ ਗੱਲ ਨਾਲ ਧੁੰਨ ਵੱਜ ਗਈ ਹੈ ਜਿਨ੍ਹਾਂ ਨੂੰ ਮੇਰਾ ਗੀਤ ਪਕੜ ਚਾ ਰਿਹਾ ਹੈ ਜੋ ਮੇਰੇ ਨਾਲ ਵਗ ਰਹੇ ਹਨ ਉਹਨਾਂ ਲਈ ਵਕਤ ਛੇਤੀ ਬੀਤ ਜਾਏਗਾ ਡੇਢ ਘੰਟਾ ਕਿੱਥੇ ਚਲੇ ਗਏ ਉਹਨਾਂ ਨੂੰ ਚਲਾ ਗਿਆ ਉਹਨਾਂ ਨੂੰ ਪਤਾ ਵੀ ਨਹੀਂ ਚਲੇਗਾ ਲੇਕਿਨ ਕੋਈ ਆ ਗਿਆ ਹੈ ਪੁਲਿਸਦਾਰ ਜਸੂ ਸਮਝੋ ਵੀ ਬੈਠਾ ਹੈ ਉਹਨੂੰ ਵੀ ਮੈਂ ਵੇਖ ਰਿਹਾ ਹਾਂ ਉਹ ਬਹੁਤ ਬੇਚੈਨ ਹੈ। ਉਹਦੀ ਕੁਝ ਪਕੜ ਚ ਨਹੀਂ ਆ ਰਿਹਾ। ਉਹਨੂੰ ਕੁਝ ਸਮਝ ਚ ਨਹੀਂ ਆ ਰਿਹਾ। ਉਹਦੀ ਘਬਰਾਹਟ ਹੈ ਕਿ ਕਦ ਖਤਮ ਹੋਵੇ ਤੇ ਉਹ ਭੱਜੇ ਇੱਥੋਂ। ਉਹ ਇਹਦੀ ਬੁੱਧੀ ਤੋਂ ਪਾਰ ਹੈ। ਉਹਨੂੰ ਡੇਢ ਘੰਟਾ ਡੇਢ ਸਾਲ ਵਰਗਾ ਲੱਗੇਗਾ। ਤੁਹਾਨੂੰ ਡੇਢ ਘੰਟਾ ਡੇਢ ਸਿਣ ਜਿਹਾ ਲੱਗੇਗਾ। ਆਇਆ ਗਿਆ ਹਵਾ ਦਾ ਇੱਕ ਬੁੱਲਾ। ਤੁਸੀਂ ਮਸਤੀ ਚ ਨੱਚ ਵੀ ਨਹੀਂ ਪਾਈ ਕਿ ਬੁੱਲਾ ਜਾ ਚੁੱਕਾ ਹੈ। ਸੋ ਆਇਨਸਟਾਈਨ ਲੋਕਾਂ ਨੂੰ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਸਮਝੋ। ਤੁਸੀਂ ਆਪਣੀ ਪ੍ਰੇਮਿਕਾ ਦੇ ਕੋਲ ਬੈਠੇ ਹੋ ਕੜੀ ਪਰ ਛੇਣ ਪਰ ਵਿੱਚ ਬੀਤ ਜਾਂਦੀ ਹੈ ਤੁਹਾਨੂੰ ਇੱਕ ਤਪਦੇ ਹੋਏ ਤਵੇ ਤੇ ਬਿਠਾਤਾ ਗਿਆ ਹੋਵੇ ਤਾਂ ਛੇਣ ਪਰ ਘੰਟਿਆਂ ਵਰਗਾ ਲੰਮਾ ਮਲੂਮ ਹੁੰਦਾ ਹੈ ਤੁਹਾਡੇ ਅੰਦਰ ਸਮਾਂ ਸਾਪੇਖ ਹੈ ਰਿਲੇਟਿਵ ਹੈ ਤੁਹਾਡੀ ਮਨੋ ਦੇ ਸ਼ਕਤੀ ਨਿਰਭਰ ਹੈ ਘਰ ਚ ਪਰੌਣਾ ਆਇਆ ਬਹੁਤ ਦਿਨਾਂ ਦੀ ਉਡੀਕ ਸੀ ਰਾਤ ਜਾਗਦੇ ਗੱਲਬਾਤ ਕਰਦੇ ਵਿੱਚ ਜਾਂਦੀ ਹੈ ਪਤਾ ਹੀ ਨਹੀਂ ਚੰਦਾ ਫਿਰ ਘਰ ਚ ਕੋਈ ਮਰ ਰਿਹਾ ਹੈ ਕੋਈ ਬੁੱਢਾ ਵਿਦਾ ਹੋ ਰਿਹਾ ਹੈ ਡਾਕਟਰ ਕਹਿੰਦੇ ਬੱਚੇ ਕਰਨੀ ਸਵੇਰ ਹੁੰਦੇ ਹੁੰਦੇ ਵਿਦਾ ਹੋ ਜਾਏਗਾ ਰਾਤ ਭਰ ਤੁਸੀਂ ਜਾਗੇ ਬੈਠੇ ਰਹੇ ਹੋ ਰਾਤ ਬਹੁਤ ਲੰਮੀ معلوم ਹੁੰਦੀ ਹੈ ਕੱਟਦੀ ਨਹੀਂ ਅਜੇ ਆ ਲੱਗਦਾ ਕੱਟੇਗੀ ਵੀ ਹੁਣ ਕਿ ਨਹੀਂ ਕੱਟੇਗੀ ਇਹ ਰਾਤ ਪੂਰੀ ਹੋਏਗੀ ਸਵੇਰ ਹੋਏਗੀ ਜਾਂ ਨਹੀਂ ਹੋਏਗੀ ਜਦ ਤੱਕ ਜੀਵਨ ਚ ਵਾਸਨਾ ਹੁੰਦੀ ਹੈ ਤਦ ਤੱਕ ਸਮਾਂ ਭੱਜਦਾ معلوم ਹੁੰਦਾ ਹੈ ਸਮਾਂ ਘਟ ਮਾਲੂਮ ਹੁੰਦਾ ਹੈ ਮਹੱਤਵ ਕਾੰਕਸ਼ੀ ਲਈ ਸਮਾਂ ਸਦਾ ਘਟ ਹੈ ਉਪਜ ਰਿਹਾ ਹੈ ਔਰ ਰਫਤਾਰ ਵਧਾਉਂਦਾ ਜਾਂਦਾ ਹੈ ਆਪਣੀ ਇਸ ਲਈ ਦੁਨੀਆ 'ਚ ਜਿੰਨੀ ਮਹੱਤਵ ਕਾੰਕਸ਼ਾ ਵੱਧਦੀ ਹੈ ਉਨੀ ਰਫਤਾਰ ਵੱਧਦੀ ਹੈ ਕਿਉਂਕਿ ਸਮੇਂ ਨੂੰ ਵਧਾਉਣ ਦਾ ਹੋਰ ਤਾਂ ਕੋਈ ਉਪਾਅ ਨਹੀਂ ਹੈ ਰਫਤਾਰ ਵਧਾ ਦਿਓ ਜੇ ਨਿਊਯਾਰਕ ਪੁੱਜਣ 'ਚ ਬੰਬਈ ਤੋਂ 4 ਦਿਨ ਲੱਗਦੇ ਸੀ 2 ਦਿਨ ਲੱਗਣ 1 ਦਿਨ ਲੱਗੇ ਘੰਟਾ ਪਰ ਲੱਗੇ ਮਿੰਟ ਲੱਗੇ ਸੈਕਿੰਡ ਲੱਗੇ ਉਹਨਾ ਵਕਤ ਬਚ ਗਿਆ ਹੌਲੀ ਹੌਲੀ ਆਦਮੀ ਦੀ ਕੋਸ਼ਿਸ਼ ਹੈ ਕੀ ਰਫਤਾਰ ਇਨੀ ਤੇਜ਼ ਹੋ ਜਾਏ ਕਿ ਸਮਾਂ ਬੀਤੇ ਨਾ ਇਹ ਸਾਰੀ ਕੋਸ਼ਿਸ਼ ਇਸ ਗਲਤੀ ਹੈ ਕਿ ਬਹੁਤ ਮਹੱਤਵ ਕਾਂਖਸ਼ਾਵਾਂ ਹਨ ਉਹਨਾਂ ਨੂੰ ਪੂਰਾ ਕਰਨਾ ਹੈ ਸਮਾਂ ਤਾਂ ਸੀਮਤ ਹੈ ਉਹੀ 70 80 ਸਾਲ ਜਿਉਣਾ ਹੈ ਉਸ ਵਿੱਚ ਸਭ ਕਰ ਲੈਣਾ ਹੈ ਬਹੁਤ ਮਹੱਤਵ ਕਾਂਖਸ਼ਾ ਹਨ ਸਮਾਂ ਬਹੁਤ ਛੇਤੀ ਭੱਜਦਾ ਮਾਲੂਮ ਹੁੰਦਾ ਹੈ ਪਰ ਜਿਸ ਵਿਅਕਤੀ ਦੇ ਜੀਵਨ ਦੀਆਂ ਮਹੱਤਵ ਕਾਂਖਸ਼ਾਵਾਂ ਉੱਜੜ ਗਈਆਂ ਜਿਹਨੂੰ ਵਖਾਈ ਪੈ ਗਿਆ ਕਿ ਦੂਰ ਦੇ ਢੋਲ ਸੁਹਾਵਣੇ ਹਨ ਕੋਲ ਆਉਣ ਤੇ ਬੇਅਰਥ ਹੋ ਜਾਂਦੇ ਆ ਇੰਦਰਤਨੋ ਸ਼ਾਨ ਦਿਸਦੇ ਹਨ ਕੋਲ ਜਾਓ ਕੁਝ ਮਿਲਦਾ ਨਹੀਂ ਮੁੱਠ ਬੰਨੋ ਹੱਥ 'ਚ ਕੁਝ ਆਉਂਦਾ ਨਹੀਂ ਇਹਨਾਂ ਨੂੰ ਘਰ ਬਣ ਕੇ ਨਹੀਂ ਲਿਆਇਆ ਜਾ ਸਕਦਾ ਇਹ ਸਿਰਫ ਵਿਖਾਈ ਪੈਂਦੇ ਹਨ ਸੁਪਨੇ ਹਨ ਉਸ ਲਈ ਸਮਾਂ ਬਹੁਤ ਧੀਮੀ ਗਤੀ ਲੈ ਲੈਂਦਾ ਫਰੀਦ ਕਹਿੰਦੇ ਹਨ ਰਾਤਾਂ ਲੰਮੀਆਂ ਹੋ ਗਈਆਂ ਹਨ ਹੁਣ ਕੋਈ ਮਹੱਤਵਕਾੰਖਸ਼ਾ ਨਹੀਂ ਕਿਤੇ ਜਾਣ ਲਈ ਕਿਤੇ ਪੁੱਜਣ ਲਈ ਨਹੀਂ ਕੁਝ ਪਾਉਣ ਲਈ ਨਹੀਂ ਹੈ ਹੁਣ ਰਾਤ ਬਹੁਤ ਲੰਮੀ मालूम ਹੁੰਦੀ ਹੈ ਪਸਲੀਆਂ 'ਚ ਹੋ ਕੁੱਟ ਰਹੀ ਐ ਤੇ ਹੁਣ ਤੱਕ ਜੋ ਭੱਜਦੇ ਰਹੇ ਸੀ ਨਸ਼ੇ 'ਚ ਵਾਸਨਾ ਦੇ ਕਿ ਕਦੇ ਧਿਆਨ ਇਹਨਾਂ ਦਿੱਤਾ ਸੀ ਕਿ ਸਰੀਰ ਕਿੰਨਾ ਥੱਕ ਗਿਆ ਹੁਣ ਪਤਾ ਚੱਲ ਰਿਹਾ ਹੈ ਹੱਡੀ ਹੱਡੀ ਰੋ ਰਹੀ ਐ ਰੋਮ ਰੋਮ ਦਰਦ ਤੇ ਪੀੜਾ ਨਾਲ ਭਰਿਆ ਐ ਪਸਲੀਆਂ 'ਚ ਹੋ ਕੁੱਟ ਰਹੀ ਐ ਦਰਦ ਨਾਲ ਕਰਵਟਾਂ ਬਦਲਣੀਆਂ ਪੈ ਰਹੀਆਂ ਹਨ ਇੱਕ ਪਾਸੇ ਪਏ ਰਹਿਣਾ ਮੁਸ਼ਕਿਲ ਹੋ ਰਿਹਾ ਤੇ ਘਾਰ ਆ ਉਹਨਾਂ ਦੇ ਜੀਵਨ ਦੇ ਜਿਹੜੇ ਪ੍ਰਾਈਅਸਟ ਜੀ ਰਹੇ ਹਾ ਹੋਰ ਫਰੀਦ ਕਹਿੰਦਾ ਸਾਡੀ ਇਹ ਜੋ ਦਸ਼ਾ ਹੈ ਇਹ ਜੋ ਖਤਾ ਸ਼ਾਦੀ ਇਹ ਫਿਰ ਵੀ ਤੇਰੇ ਤੋਂ ਬਿਹਤਰ ਹੈ ਕਿਉਂਕਿ ਤੁਸੀਂ ਅਜੇ ਵੀ ਉਸ ਆਸ 'ਚ ਜੀ ਰਹੇ ਹੋ ਜਿਹੜੀ ਕਦੀ ਵੀ ਪੂਰੀ ਨਹੀਂ ਹੋਏਗੀ ਸਾਡੀ ਉਹ ਆਸ ਟੁੱਟ ਗਈ ਹੈ ਕਿਉਂਕਿ ਅਸੀਂ ਜਾਣ ਲਿਆ ਹੈ ਉਹ ਕਦੇ ਪੂਰੀ ਹੋ ਹੀ ਨਹੀਂ ਸਕਦੀ ਮੰਨਿਆ ਕਿ ਰਾਤ ਹਨੇਰੀ ਲੱਗ ਰਹੀ ਹੈ ਹੱਡੀਆਂ 'ਚ ਦਰਦ ਹੈ ਬੜੀ ਡੂੰਗੀ ਵਿਅਥਾ ਹੈ ਥਕਾਨ ਹੈ ਜਨਮਾਂ ਜਨਮਾਂ ਦੀ ਪਰ ਫਿਰ ਵੀ ਅਸੀਂ ਸੁਭਾਗੇਸ਼ਾਲੀ ਆ ਆ ਭਾਗੇ ਹਨ ਉਹ ਜਿਹੜੇ ਅਜੇ ਵੀ ਉਸੇ ਦੌਰ 'ਚ ਚੱਲ ਰਹੇ ਹਨ ਸੁਪਨਿਆਂ ਦੇ ਪਿੱਛੇ ਭੱਜੇ ਜਾ ਰਹੇ ਹਨ ਇੱਕ ਦਿਨ ਉਹ ਵੀ ਡਿੱਗਣਗੇ ਰਾਤ ਤਦ ਉਹਨਾਂ ਨੂੰ ਲੰਮੀ ਮਾਲੂਮ ਪੈਗੀ ਹੱਡੀਆਂ ਰੋਣਗੀਆਂ ਰੋਮ ਰੋਮ ਪੀੜਤ ਹੋਏਗਾ ਕਰਵਟਾਂ ਬਦਲਣਗੀਆਂ ਆਸ ਜਦ ਟੁੱਟਦੀ ਹੈ ਤੁਸੀਂ ਟੁੱਟ ਜਾਂਦੇ ਹੋ ਕਿਉਂਕਿ ਤੁਸੀਂ ਹੁਣ ਤੱਕ ਆਸ ਨੂੰ ਹੀ ਸਹਾਰਾ ਮੰਨ ਕੇ ਜੀਵੇ ਸੀ ਆਸ ਦੀ ਧਰਤੀ ਹਟ ਜਾਂਦੀ ਹੈ ਪੈਰਾਂ ਦੇ ਹੇਠ ਕੋਈ ਧਰਤੀ ਨਹੀਂ ਰਹਿ ਜਾਂਦੀ ਇਸ ਲਈ ਤਾਂ ਤੁਸੀਂ ਇੱਕ ਆਸ ਮਿਟੇ ਉਹਦੇ ਪਹਿਲਾਂ ਹੀ ਦੂਜੀ ਆਸ ਜਗਾ ਲੈਂਦੇ ਹੋ ਕੁਝ ਸਹਾਰਾ ਚਾਹੀਦਾ ਹੈ ਜੀਉਣ ਲਈ ਡੁੱਬਦਾ ਤਿੰਕੇ ਨੂੰ ਵੀ ਫੜ ਲੈਂਦਾ ਹੈ ਬੇੜੀ ਦੀ ਕਲਪਨਾ ਕਰ ਲੈਂਦਾ ਹੈ ਸੁਪਨੇ ਵੇਖਣ ਲੱਗਦਾ ਹੈ ਕਿ ਬੇੜੀ 'ਚ ਬੈਠਾ ਬਚ ਜਾਏਗਾ ਸਾਰੀਆਂ ਬੇੜੀਆਂ ਕਾਗਜ਼ਾਂ ਦੀਆਂ ਹਨ ਕਾਮਨਾ ਦੀ ਬੇੜੀ ਕਾਗਜ਼ਾਂ ਦੀ ਬੇੜੀ ਹੈ ਫਰੀਦ ਕਹਿੰਦਾ ਆਪਾਗੇ ਹਨ ਉਹ ਲੋਕ ਜਿਹੜੇ ਅਜੇ ਵੀ ਆਸ ਵਿੱਚ ਭੱਜਦੇ ਚਲੇ ਜਾ ਰਹੇ ਹਨ ਉਹਨਾਂ ਤੋਂ ਤਾਂ ਸਾਡੀ ਤਾਂ ਸ਼ਾਹ ਬਿਹਤਰ ਹੈ ਘਟੋ ਘਟਿਕ ਗਲਤਾਂ ਵਾਪਰ ਗਈ ਆਸ ਟੁੱਟ ਗਈ ਬਾਹਰਲੀ ਦੌੜ ਬੰਦ ਹੋ ਗਈ ਦੂਜੀ ਘਟਨਾ ਲਈ ਅਸੀਂ ਤਿਆਰ ਹੋ ਗਏ ਦੂਜੀ ਘਟਨਾ ਦੇ ਦੁਆਰ ਉੱਤੇ ਅਸੀਂ ਖਲੋ ਗਏ ਪਹਿਲਾ ਵੈਰਾਗ ਸੰਸਾਰ ਤੋਂ ਵਿਅਰਥ ਨਾਲੋਂ ਅਸਾਰ ਨਾਲੋਂ ਥੋੜੀ ਦੇਰ ਲਈ ਜੋ ਸੰਕਰਮਣ ਦਾ ਕਾਲ ਹੁੰਦਾ ਹੈ ਉਹਦੀ ਗੱਲ ਕਰ ਰਹੇ ਹਨ ਫਰੀਦ ਜਦ ਸੰਸਾਰ ਤੋਂ ਵੈਰਾਗ ਹੋ ਜਾਂਦਾ ਹੈ ਪਰਮਾਤਮਾ ਨਾਲ ਰਾਗ ਜੀ ਜਾਗਿਆ ਨਹੀਂ ਹੁੰਦਾ ਰਾਤ ਤਾਂ ਚਲੀ ਗਈ ਸੂਰਜ ਵੀ ਚੜਿਆ ਨਹੀਂ ਉਹ ਜਿਹੜਾ ਪਉ ਫੁੱਟਣ ਦਾ ਛਣ ਹੈ ਉਹ ਛਣ ਬਹੁਤ ਮੁਸ਼ਕਿਲ ਦਾ ਹੈ ਜੋ ਸੀ ਉਹ ਗਵਾਟ ਗਿਆ ਜੋ ਮਿਲਣਾ ਸੀ ਉਹ ਜੇ ਮਿਲਿਆ ਨਹੀਂ ਉਹ ਵਿਚਾਰ ਲਈ ਘੜੀ ਹੈ ਸੰਕਰਮਣ ਦਾ ਵੇਲਾ ਹੈ ਰਾਤਾਂ ਲੰਮੀਆਂ ਹੋ ਗਈਆਂ ਹਨ ਪਸਲੀਆਂ ਝੂਕ ਉਠ ਰਹੀ ਹੈ ਦਰਦ ਨਾਲ ਕਰਵਟਾਂ ਬਦਲਣੀਆਂ ਪੈ ਰਹੀਆਂ ਹਨ ਧੰਨਵਾਦ